ਸਾਡੇ ਨਾਲ ਪੰਜਾਬ ਆ ਕੇ ਗੱਲ ਕਰਿਓ ਹੁਣ ਅਸੀਂ ਇੱਥੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਨਹੀਂ ਹਾਂ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਆਖਿਆ ਮਜੀਦ ਖਾਨਾ ਬੜੀਆਂ ਉੱਚੀਆਂ ਉੱਚੀਆਂ ਡੀਂਗਾਂ ਮਾਰਦਾ ਸੀ ਮੈਂ ਖਾਲਸੇ ਨੂੰ ਖਤਮ ਕਰ ਦਿੱਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਡਾਢੀ ਜਥੇ ਨੇ ਬੰਨਿਆ ਰੰਗ ਅਤੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ ਕਰੀਆਂ ਜਥੇ ਨੇ ਕਿਹਾ ਕਿ ਸ਼੍ਰੋਮਣੀ ਮੀਰੀ ਪੀਰੀ ਡਾਢੀ ਜੱਥ ਕਿਸਾਨਾਂ ਨੂੰ ਪੂਰੀ ਹਿਮਾਇਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਖੜਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ ਕਿਸਾਨਾਂ ਦੇ ਨਾਲ ਹੀ ਖੜੇ ਹਨ ਅਤੇ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਮੀਰੀ ਪੀਰੀ ਢਾਡੀ ਸਭਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਢਾਡੀ ਜਥਾ ਗਿਆਨੀ ਜਸਵਿੰਦਰ ਸਿੰਘ ਆਜ਼ਾਦ ਅਸੀਂ ਅੱਜ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਧਰਨੇ ਦੀ ਇਸ ਹਮਾਇਤ ਵਿੱਚ ਆਏ ਹਾਂ ਜਿਹੜੇ ਸੈਂਟਰ ਸਰਕਾਰ ਨੇ ਇਹ 3 ਆਰਡੀਨੈਂਸ ਕਿਸਾਨ ਮਾਰੂ ਲਿਆਂਦੇ ਆ ਉਹਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਉਹ ਪਾਣੀਓਂ ਪਤਲੀ ਹੋ ਗਈ ਆ ਅਤੇ ਹਰੇਕ ਕਿਸਾਨ ਮਜ਼ਦੂਰ ਜਿਹੜਾ ਅੱਜ ਰੇਲਵੇ ਟਰੈਕਾਂ 'ਤੇ ਸੜਕਾਂ 'ਤੇ ਬੈਠਾ ਅਤੇ ਅਸੀਂ ਵੀ ਮਹਿਸੂਸ ਕੀਤਾ ਵੀ ਅਸੀਂ ਧਰਮ ਦੇ ਜਿਹੜੇ ਨੁਮਾਇੰਦੇ ਹੋਣ ਦੇ ਖਾਤਰ ਅੱਜ ਕਿਸਾਨਾਂ ਦਾ ਸਾਥ ਦਈਏ ਸੋ ਅਸੀਂ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਢਾਡੀ ਗਿਆਨੀ ਜਸਵਿੰਦਰ ਸਿੰਘ ਆਜ਼ਾਦ ਆਪਣੇ ਜਥੇ ਸਮੇਤ ਅੱਜ ਇਸ ਗੁਰਦਾਸਪੁਰ ਦੇ ਧਰਨੇ ਵਿੱਚ ਸ਼ਾਮਲ ਹੋਏ ਹਾਂ ਅਤੇ ਨਾਲ ਹੀ ਐਲਾਨ ਕਰਦੇ ਹਾਂ ਵੀ ਜਿੰਨਾ ਚਿਰ ਇਹ ਲੰਮਾ ਧਰਨਾ ਚੱਲੇਗਾ ਉਹਨਾਂ ਚਿਰ ਸਾਡੀ ਮੀਰੀ ਪੀਰੀ ਢਾਡੀ ਸਭਾ ਡਟ ਕੇ ਕਿਸਾਨਾਂ ਦੇ ਨਾਲ ਖਲੋਤੀ ਹੈ ਅਤੇ ਸਰਕਾਰ ਦਾ ਪ੍ਰਜ਼ੋਰ ਤਰੀਕੇ ਨਾਲ ਹੁਣ ਵੀ ਵਿਰੋਧ ਕਰ ਰਹੇ ਹਾਂ ਅਤੇ ਲੰਮਾ ਸੰਘਰਸ਼ ਜਿੰਨਾ ਮਰਜ਼ੀ ਅੱਗੇ ਵੱਲੋਂ ਚੱਲਿਆ ਸੀ ਮੋਦੀ ਦੇ ਇਸ 3 ਮਾਰੂ ਆਰਡੀਨੈਂਸ ਜਿਹੜੇ ਇਹਨਾਂ ਨੂੰ ਵਾਪਸ ਕਰਵਾ ਕੇ ਰਵਾਂਗੇ ਅਤੇ ਸਾਰਿਆਂ ਨੂੰ ਅਪੀਲ ਆ ਵੀ ਕਿਸਾਨਾਂ ਮੋਰਚਿਆਂ ਦੇ ਨਾਲ ਆਪਾਂ ਜਿਹੜਾ ਵਾ ਮੋਢੇ ਨਾਲ ਮੋਢਾ ਜੋੜ ਕੇ ਅਤੇ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼